बिस्मिल्लाह रहमान रहीम। अच्छा जी, है मिठू काली ते मिठू मोटा, इन्हों को कोई कमर्शियल प्लाट भी है, कोई रेजिडेंशियल भी है डी ब्लाक का। मिठू काली पहले तू दस तेरे को किड़े किड़े प्लाट हैं, पूरी तफसील आराम नाल दस, इजी हो के दस दे केड़ा जी ब्लाक का कमर्शियल है हाई रेंज। पंजाबी दस सीधी गल दस। एक जी ब्लाक का हाई रेंज कमर्शियल है मल्टी गार्डन में। हां ठीक है, 10 कनाल के कॉर्नर प्लाट है, 2-3 साइड कॉर्नर है। केड़ा 3 नंबर है ब्लाक दा ते कितने पैसे इसका? 45 करोड़ है। 3 नंबर है ब्लाक का, 45 करोड़ दी डिमांड है। हां जी। अच्छा मिठू मोटा दस जेड़ा है तेरे कोले 5 नंबर है ब्लाक दा, इहदी कितनी डिमांड है? 45 करोड़ डिमांड आई रे कमर्शियल। अच्छा फाइनल ਇਹਨੂੰ ਵੇਖੋ ਕੈਮਰਿਆਂ ਨੂੰ ਵੇਖੋ। ਅੱਛਾ ਕੀ ਵਜ੍ਹਾ ਸੇ ਉਸਕਾ 24 ਘੰਟੇ ਮੋਟਰ ਚੱਲਦੀ ਹੈ? ਦੋ ਮੋਟਰਾਂ ਲੱਗੀ ਹੋਈ ਹੈ ਔਰ ਦੋ ਮੀਟਰ ਹੈ ਗੈਸ ਕੇ, ਦੋ ਮੀਟਰ ਬਿਜਲੀ ਕੇ ਹੈ। ਇੱਕ ਗਰਾਜ ਹੈ, ਇਸਮੇ 4 ਗਾੜੀਆਂ ਖੜੀ ਹੋਈ ਹੈ, ਗਰਾਜ ਮੇ 2 ਗਾੜੀ 1 ਗਾੜੀ ਖੜੀ ਹੋਈ ਹੈ ਔਰ 3 ਬੈਡਰੂਮ ਖੁੱਲੇ ਹੈ, ਟੀਵੀ ਲਾਂਚ ਹੈ ਔਰ ਡਾਇਨਿੰਗ ਟੇਬਲ। ਅੱਛਾ ਅੱਛਾ ਜੀ, ਆਇਆ ਜਵਾਸ਼ ਅਕਾਦਮੀ, ਇਹ ਕਰ ਰਿਹਾ ਬਿਲਵਰ ਸਿਟੀ ਸ਼ਾਹ ਜੀ ਵਾਟਰ ਫਰੰਟ ਅਤੇ ਸਪੋਰਟਸ ਵੈਲੀ ਦਾ ਕਰ ਰਹੇ ਹੋ? ਜਾਂ ਸਪੋਰਟਸ ਵੈਲੀ ਦੇ ਵਿੱਚ ਅਤੇ ਵਾਟਰ ਫਰੰਟ ਦੇ ਪਲਾਟ ਬੁੱਕ ਕਰਾਉਣਾ ਹੋਵੇ, ਐਜਵਾਸ ਅਕਾਦਮੀ ਸੈਲਵ ਇੰਟਰਪ੍ਰਾਈਜ਼ 'ਤੇ ਮੌਜੂਦ ਹੁੰਦਾ ਹੈ। ਇਹਦਾ ਨੰਬਰ ਵੀ ਹੁਣ ਸਕਰੀਨ 'ਤੇ ਸੀ। ਇਸੇ ਤਰ੍ਹਾਂ ਅੱਜ ਮੁਜ਼ੰਮਲ ਸਾਹਿਬ ਨੇ ਤੁਹਾਨੂੰ ਆਪਣਾ ਦੱਸ ਦਿੱਤਾ ਬੀ ਬਲਾਕ ਦਾ, ਕਨਾਲ ਦਾ, ਹੋਰ ਵੀ ਮਲਟੀ ਗਾਰਡਨ ਫੈਸਲ ਲੈ ਜਗ੍ਹਾ, ਤੁਹਾਨੂੰ ਪਲਾਟ ਘਰ ਅਪਾਰਟਮੈਂਟ ਚਾਹੀਦੇ ਹੋਣ, ਅਤੇ ਅੱਜ ਮੁਜ਼ੰਮਲ ਸਾਹਿਬ ਵੀ ਤੁਹਾਨੂੰ ਇਹਦੇ ਵਿੱਚ ਬਰੀਫ ਕਰਨਗੇ। ਇਹਨਾਂ ਨਾਲ ਤੁਸੀਂ ਰੱਬ ਕਰ ਸਕਦੇ ਹੋ। ਇਹ ਆ ਗਿਆ ਮਿੱਠੂ ਮੋਟਾ, ਮਿੱਠੂ ਮੋਟੇ ਨੇ ਅੱਗੇ ਤੁਹਾਨੂੰ ਤਫਸੀਲ ਦੱਸੀ ਏ। ਇਹ ਆ ਗਿਆ ਮਿੱਠੂ ਕਾਲੀ। ਅੱਛਾ ਮਿੱਠੂ ਕਾਲੀ, ਇਸ ਤੋਂ ਇਲਾਵਾ ਕਿਹੜੇ ਕਿਹੜੇ ਤੇਰੇ ਕੋਲ ਪਲਾਟ ਨੇ? ਪੰਜਾਬੀ ਦੱਸ, ਉਰਦੂ ਦੀ ਛੋੜ ਦੇ, ਕੋਈ ਇਸ਼ੂ ਨਹੀਂ, ਦੱਸ ਪੰਜਾਬੀ 'ਚ। ਹਾਂ ਡਿਮਾਂਡ ਹੈ ਉਸਦੀ। ਹਾਂ ਠੀਕ ਹੈ। ਦੂਸਰਾ 14 ਨੰਬਰ ਕਮਰਸ਼ਲ ਪਿਆ ਵੀ ਬਲਾਕ ਮੇਨ ਮਰਕਜ਼ ਦਾ। ਹਾਂ 40-65 ਸਹਿਰ ਦੇ 13 ਕਰੋੜ ਡਿਮਾਂਡ ਹੈ। ਅੱਛਾ ਠੀਕ ਹੈ। ਇੱਕ C1 MDR ਇਸ ਘਰ ਵੀ ਹੈ, 3-7 ਫੋਰ ਸੇਲ। ਹਾਂ ਠੀਕ ਹੈ, ਉਸਦੀ 2.5 ਕਰੋੜ ਡਿਮਾਂਡ ਹੈ। ਅੱਛਾ ਭਾਈ, ਅਗਰ ਤੁਸੀਂ ਦੋਸਤਾਂ ਨੇ ਮਲਟੀ ਗਾਰਡਨ ਦੇ ਵਿੱਚ ਕੋਈ ਇਨਵੈਸਟਮੈਂਟ ਕਰਨੀ ਹੋਵੇ, ਘਰ ਲੈਣਾ ਹੋਵੇ, ਅਪਾਰਟਮੈਂਟ ਲੈਣਾ ਹੋਵੇ, ਹਾਈ ਰਾਈਜ਼ ਪਲਾਟ ਲੈਣਾ ਹੋਵੇ, ਕਮਰਸ਼ੀਅਲ ਲੈਣਾ ਹੋਵੇ, ਤਾਂ ਇਹ ਜੋੜੀਏ ਮਿੱਠੂ ਕਾਲੀ ਅਤੇ ਮਿੱਠੂ ਮੋਟਾ, ਅਤੇ ਇਹ ਆ ਗਿਆ ਸਾਡੇ ਸ਼ਰੀਫ ਆਦਮੀ ਅੱਜ ਮੁਜ਼ੰਮਲ। ਸਾਡੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ, ਇਨਸ਼ਾਅੱਲਾ ਤੁਹਾਨੂੰ ਮਾਰਕੀਟ ਨਾਲੋਂ ਅੱਛੀ ਚੀਜ਼ਾਂ ਲੈ ਕੇ ਦੇਵਾਂਗੇ। ਅੱਜ ਸਾਹਿਬ ਹੋਰ ਕੋਈ ਗੱਲ ਕਰੂ? ਹਾਂਜੀ, ਮਲਟੀ ਇਨਵੈਸਟਮੈਂਟ ਕਰੇ ਇਸ ਟਾਈਮ, ਇਨਵੈਸਟਮੈਂਟ ਦਾ ਟਾਈਮ ਹੈ ਕਿਉਂਕਿ ਪਲਾਟ ਕੀ ਕੀਮਤ ਨੀਚੇ ਆ ਗਈ ਹੈ, ਕਿਸੇ ਕੋਲ ਬਹੁਤ ਪੈਸਾ ਹੈ, ਇਸ ਟਾਈਮ ਮੌਕਾ ਹੈ ਇਨਵੈਸਟਮੈਂਟ ਕਰਨੇ ਦਾ। ਇਨਵੈਸਟਮੈਂਟ ਕਰੇ ਤਾਂ ਆਪਕੋ ਬਹੁਤ ਜ਼ਿਆਦਾ ਫਾਇਦਾ ਹੋਵੇਗਾ। ਮਰਗੱਲਾ ਰੋਡ ਵੀ ਆਉਣ ਵਾਲਾ ਹੈ, ਜਦ ਮਰਗੱਲਾ ਰੋਡ ਆਏਗਾ ਤਾਂ ਕੀਮਤੇ ਅਸਮਾਨ 'ਤੇ ਚਲੀ ਜਾਏਗੀ। ਤੋ ਜਿਸ ਕੋਲ ਬਹੁਤ ਪੈਸਾ ਹੈ ਇਸ ਟਾਈਮ, ਇਨਵੈਸਟਮੈਂਟ ਦਾ ਬਹੁਤ ਸੁਨਹਿਰੀ ਮੌਕਾ ਹੈ, ਇਸ ਮੌਕੇ 'ਤੇ ਫਾਇਦਾ ਹੋਵੇਗਾ। ਅੱਛਾ, ਇਹ ਜਿਹੜਾ ਮਰਗਲਾ ਰੋਡ ਹੈ, ਇਹ ਤਿਆਰ ਹੋ ਗਿਆ ਜੀ? ਇਸ ਕਾ ਬਸ ਪਹਾੜੀਆਂ ਮੇ ਕਟਿੰਗ ਹੋ ਰਹੀ ਹੈ। ਪੰਜਾਬੀ ਦੱਸੋ, ਪੰਜਾਬੀ ਦੱਸੋ ਅੱਜ ਜੀ, ਇਹ ਪੰਜਾਬੀ ਦੱਸੋ ਅੱਜ ਜੀ, ਪੰਜਾਬੀ ਉਹ ਤਿਆਰ ਹੋ ਗਿਆ? ਤਿਆਰ ਹੋ ਗਿਆ, ਬਿਲਕੁਲ ਹੋ ਗਿਆ, ਇੱਧਰ ਸੇ ਤਿਆਰ ਹੋ ਗਿਆ। ਸਿਰਫ ਇੱਕ ਪਹਾੜੀ ਔਰ ਕੋਈ ਚੰਦ ਕਿਲੋਮੀਟਰ, 4-3 ਕਿਲੋਮੀਟਰ ਕਾ ਰੋਡਾ ਰਹਿ ਗਿਆ, ਉਹ ਵੀ ਕੰਮ ਹੋ ਰਹਾ ਹੈ, ਬਹੁਤ ਜਲਦੀ ਇਫਤਤਾਹ ਹੋ ਜਾਏਗਾ ਇਨਸ਼ਾਅੱਲਾ। ਇੱਕ ਮਹੀਨੇ 'ਚ ਹੋ ਜਾਏਗਾ? ਹੋ ਜਾਏਗਾ, ਅਤੇ ਇੱਕ ਮਹੀਨੇ ਮੇ ਜ਼ਿਆਦਾ ਜ਼ਿਆਦਾ ਇਨਸ਼ਾਅੱਲਾ ਹੋ ਜਾਏਗਾ। ਅਭੀ ਵੀ ਗਾੜੀਆਂ ਜਾਤੀ ਹੈ, ਆਮ ਲੋਕ ਵਹਾਂ ਸੇ ਜਾਤੇ ਹੈ, ਇਹ ਇਲਾਕੇ ਮੇ 15 ਮਿੰਟ ਲਗਤੇ ਹੈ ਜਾਂ ਜਾਂਦੇ ਸੇ, ਰਸ਼ ਸੇ ਵੀ ਬਾਹਰ ਜਾਤੇ ਹੈ। ਅੱਛਾ ਮਿੱਠੂ ਮੋਟਾ, ਤੂੰ ਇੱਧਰੋਂ ਗਿਆ ਕਦੀ ਤੂੰ ਮਰਗਲਾ ਰੋਡ ਤੋਂ ਇਸਲਾਮਾਬਾਦ? ਅੱਛਾ ਮਰਗਲਾ ਰੋਡ ਤੋਂ ਇਸਲਾਮਾਬਾਦ, ਜਿਸ ਤਰ੍ਹਾਂ ਹਾਜੀ ਸਾਹਿਬ ਵੀ ਦੱਸਿਆ, ਮਿੱਠੂ ਮੋਟਾ ਵੀ ਦੱਸਿਆ, ਮਿੱਠੂ ਕਾਲੀ ਤੂੰ ਵੀ ਗਿਆ ਇੱਧਰੋਂ? ਅੱਛਾ ਬਈ, ਇਹ ਤਮਾਮ ਦੋਸਤਾਂ ਵਾਸਤੇ ਬੜੀ ਖੁਸ਼ਖਬਰੀ ਹੈ ਕਿ ਇੱਕ ਮਹੀਨੇ ਦੇ ਵਿੱਚ ਇਹ ਮੁਕੰਮਲ ਹੋਣਾ, ਅਤੇ ਇਹਦੇ ਨਾਲ ਇਹ ਕਿ ਰੇਟ ਡਬਲ ਹੋ ਜਾਣੇ ਨੇ, ਹਾਜੀ ਸਾਹਿਬ ਡਬਲ ਹੋ ਜਾ ਸਣੇ ਦਾ ਇਹੀ ਫਰਕ ਪੈ। ਇਸਲਾਮਾਬਾਦ ਕੇ ਬਿਲੂ ਏਰੀਆ ਜਾਂ ਮਨਾਰ ਪੇ ਜਾਣਾ ਹੋ
तो ये सबसे नज़दीक और बगैर रश के डबल रोड बहुत बेहतरीन रोड बनाया है इन्होंने, डबल रोड बल्कि मोटर भी की तरह रोड बनाया है। अच्छा जी, हमें टुकाली भी कोई गाल करना चाहता है। अच्छा, दूसरी बात ये कि आप तो पी डी इस्लामाबाद लाहौर में आएंगे, कमर्शियल प्लाजे प्लाट जो भी चाहिए आप हमसे रब्ता करें। अच्छा अच्छा जी, मिठू मोटा, मिठू काली, हाजी मुजम्मल साहब इतरे शरीफ आदमी, इन्हों को इन्हों रबता करो, जिन्हें भी इन्वेस्टमेंट करनी रावलपिंडी इस्लामाबाद, ये तीनों शरीफ आदमी तो इंशाल्लाह अच्छी इन्वेस्टमेंट कराई सन गए। मिठू मोटा लोगों नाल सही तामन करोगे, एक बार तुम जरूर आओ सैल विंटर प्राइज से, मिठू मोटा, मिठू काली मिलो, हाजी मुजम्मल साहब न मिलो, इंशाल्लाह तुहाडी जबरदस्त हो गया। हाजी साहब ने बड़ी अच्छी गल की, तुम जरूर रब्ता करो हाजी साहब नाल, मिठू मोटे ते मिठू काली नू जरूर याद रखना। बहुत शुक्रिया।